ਅਸਲਾਮੁਆਲਿਕ ਸਾਡਾ ਜਿਹੜਾ سلسلہ ਵੇ ਗੰਦਾਰਾ ਡਿਜੀਟਲ ਟੀਵੀ ਦਾ ਇਹ ਤੁਸੀਂ ਨੂੰ ਪਸੰਦ ਪੇ ਕਰ ਦਿਓ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਇਸ ਇਸ ਲਈ ਅਸੀਂ ਹਰ ਹਫਤੇ ਇੱਕ ਮੌਜੂਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣੇ ਆ ਤੇ ਸਾਰੇ ਆਪਕੋ ਮਸ਼ਹਰਾ ਕੀਤਾ ਕਿ ਇਸ ਸਾਰਾ ਡਿਜੀਟਲ ਟੀਵੀ ਇਸ ਆ ਖਾਸ ਇੱਕ ਨਾਮ ਰੱਖ ਜੇ ਵੇ ਜਿਹੜਾ ਸਾਡੇ ਪ੍ਰੋਗਰਾਮ ਹੈ ਤੇ ਤੁਹਾਡੇ ਸਹਿਾਨੇਗ ਨਾਮ ਰੱਖਿਆ ਇਸ ਪ੍ਰੋਗਰਾਮ ਦਾ ਇਸ ਦਾ ਨਾਮ ਪਨੇ ਪਰਚੋਲ ਰੱਖਿਆ ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕਰਸੋ ਪਿਛਲੇ ਇੱਕ ਪ੍ਰੋਗਰਾਮ ਵਿੱਚ ਤੁਹਾਨੂੰ ਯਾਦ ਹੋਸੀ ਕਿ ਇੱਕ ਮੌਜੂਦ ਤੇ ਮੈਂ ਗੱਲ ਕੀਤੀ ਹੈ ਉਸ ਮੌਜੂਦ ਦਾ ਨਾਮ ਮੈਂ ਰੱਖਾਇਆ ਪੈਂਟਾ ਜਨਰੇਸ਼ਨਸ ਰੈਜ਼ੀਡੈਂਟ ਤੇ ਉਸ ਤੇ ਮੈਂ ਗੱਲ ਕੀਤੀ ਕਿ ਅਸੀਂ ਪਿਸ਼ੋਰੀ ਜਿਹੜੇ ਨੇ ਜਿਹੜੇ ਤੇ ਆਬਾਦ ਆ ਉਹ نسل ਅਰ نسل ਸੀ ਸੀ ਆਬਾਦ ਆ तो तह सुन के बड़ी खुशी होगी कि लोग इस गलकत को बड़ा पसंद पे कर दें तो पिछले दिनों मेरे एक जानने वाले जालु पिशोर द ना किशोर के बड़े मोजस खानदान ना तालुक हकीम अब्दुल वहीद साहब उन्होंने मनु फोन किया तो मनु किया कि मैं बड़ी खुशी काफ़ी अरसे बाद उन्होंने फोन किया तो मैं कहने कि थोड़ा जरा प्रोग्राम है ਇਹ ਮੈਂ ਦੇਖਣਾ ਪਿਆ ਤੇ ਮੇਰੇ ਕੁਝ ਦੋਸਤਾਂ ਨੇ ਮਨੂੰ ਮੈਨੂੰ ਸ਼ੇਅਰ ਕੀਤਾ ਤੇ ਮਨੂੰ ਬੜੀ ਖੁਸ਼ੀ ਹੋਈ ਤੇ ਖਾਸ ਕਰ ਇਸ ਮوضوع ਤੇ ਤੁਹਾਨੂੰ ਜੀ ਗੱਲ ਕੀਤੀ ਹੈ ਪੈਂਟਾ ਜਨਰੇਸ਼ਨ ਰੈਜ਼ਿਡੈਂਟ ਪਿਸ਼ੋਰੀਆਂ ਦੇ ਵਾਲਨ ਤੇ ਮਨੂੰ ਨਾਲ ਹੀ ਕਿ ਇੱਕ ਤਜਵੀਜ਼ ਹੈ ਮੈਂ ਮੈਂ ਪੇਸ਼ ਕਰਨਾ ਚਾਹਣਾ ਮੈਂ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਇਤਨਾ ਪਸੰਦ ਪੇ ਕਰ ਦਿਓ ਤੇ ਜੀ ਪੇਸ਼ ਕਰੋ ਮਨੂੰ ਕਹਿੰਦੇ ਕਿ ਤੁਹਾਨੂੰ ਸੁਣੋ ਸੀ ਆਪਣੇ ਵਡਿਆ ਸੀ ਕਿ ਇਸੀ ਜਿਹੜਾ ਤੁਹਾਨੂੰ ਪੈਂਟਾ ਰੈਜ਼ਿਡੈਂਟ ਪੈਂਟਾ ਜਨਰੇਸ਼ਨ ਰੈਜ਼ਿਡੈਂਟ ਦੇ ਵਾਲਾ ਤੁਹਾਨੂੰ ਗੱਲ ਕੀਤੀ ਇਸੀ ਮوضوع ਤੇ ਸਾਡਾ ਇੱਕ ਰੋਜ਼ਮਰਾਂ ਵੀ ਹੈ ਮੈਂ ਕਿ ਕਿ ਸ਼ਹਿਰ एकदम उन कहन के ओ असि क्या नहीं होनिया आपरे ਪਿਸ਼ੋਰੀਆਂ ਦੇ ਬਾਰੇ ਜੀ ਕਿ ਅਸੀਂ ਜੱਦੀ ਪਿਸ਼ਤੀ ਪਿਸ਼ੋਰੀਆਂ ਦੇ ਅਸੀਂ ਕਹਨੇ ਕਿ ਪੰਜ ਪੀੜੀ ਪਿਸ਼ੋਰੀ एकदम मैं लव सुना मैं आपड़ा ਖੁਸ਼ ਮੈਂ ਕਹ ਕਿਪਸਬ ਦੁਬਾਰਾ ਕੋ ਉਹ ਕਹਨੇ ਪੰਜ ਪੀੜੀ ਪਿਸ਼ੋਰੀਆਂ ਸੀ ਮੈਂ ਨੇ ਕਿ ਤੋ ਬਲੂ ਬਿਲਕੁਲ ਆਪਣੀ ਦਾਦੀ ਯਾਦ ਆ ਗਈ ਤੇ ਮੇਰੀ ਦਾਦੀ ਵੀ ਆਪਣੀ ਗੁਫਤਗੋਦਸ਼ ਕਹਦੀ ਹੁੰਦੀਆਂ ਕਿ ਅਸੀਂ ਪੰਜ ਪੀੜੀ ਪਿਸ਼ੋਰੀਆਂ ਯਾਨੀ ਸੇ ਨਸਲ ਦਰ ਨਸਲ ਸੇ ਪੇਸ਼ ਹੋ ਰਹੀਆਂ ਤੇ ਮੈਨੇ ਕਿ ਮਾਸ਼ਾਅੱਲਾ ਤੇ ਮੈਨੇ ਇਹ ਜਿਹੜਾ ਮੈਨੂੰ ਨਵੀ ਇੱਕ ਕੋਦੀ ਆਪਣੀ ਜਿਹੜੇ ਰੋਜ਼ ਮਰਾ ਤੁਹਾਨੂੰ ਬਤਾਇਆ ਤੇ ਮੈਂ ਇਹ ਦੁਬਾਰਾ ਇਸ ਮੌਜੂਦ ਤੇ ਗੱਲ ਕਰ ਸਾਂ ਤੇ ਜਿਹੜੀ ਕੱਲ ਪਿਛਲੀ ਮੈਨੇ ਗੁਫਤਗੂ ਕੀਤੀ ਉਸ ਨੂੰ ਗੁਫਤਗੂ ਨੂੰ ਮੈਂ ਅੱਗੇ ਵਧਾਉਂਦੇ ਹੋਏ ਆਪਣੇ ਜਿਹੜੀਆਂ ਗੱਲਾਂ ਉਹਨਾਂ ਨੂੰ ਮੈਂ ਕਰ ਸਾਂ ਆਪਣੇ ਤੁਹਾਡੇ ਸਾਹਮਣੇ ਰੱਖ ਸਾਂ ਦੇਖੋ ਮੈਂ ਤੁਹਾਨੂੰ ਕੀ ਹੈ ਕਿ ਅਸੀਂ ਜਿਹੜੇ ਪਿਸ਼ੋਰੀਆਂ ਜਿਹੜੇ ਜਿੱਦੀ ਪਿਸ਼ਤੀ ਪਿਸ਼ੋਰੀਆਂ ਪਿਸ਼ੋਰ ਸਾਨੂੰ ਉਹ ਮੁਕਾਮ ਨਹੀਂ ਦਿੱਤਾ ਜਾਂਦਾ ਪਿਆ ਬਹੁਜੂ ਬਾਜ਼ਵਜੂਹਾਤ ਦੀ ਬਜਾਏ ਜਦ ਜੋ ਮਕਾਮ ਸਾਡਾ ਬਣਦਾ ਤੇ ਇਸ ਦੀ ਇਸੀ ਅਹਿਮੀਅਤ ਨੂੰ ਸਾਹਮਣੇ ਰੱਖਦੇ ਹੋਏ ਤਾਸਬ ਜਾਂ ਤੰਗ ਨਜ਼ਰੀ ਸੇ ਬਚਣਾ ਚਾਹੀਦਾ ਹੈ ਉਹ ਲੋਕ ਕੇ ਜਿਨ੍ਹਾਂ ਨੇ ਤੁਹਾਨੂੰ ਸਾਰੇ ਲੋਕਾਂ ਨੂੰ ਜਿਹੜੇ ਬਾਰੋਸੀ ਆਇਨ ਪਿਸ਼ੋਰ ਚਾ ਬਾਦ ਸਾਨੂੰ ਆਪਣੇ ਦਿਲ ਦੀ ਗਹਿਰਾਈ ਨਾਲ ਤੁਹਾਨੂੰ ਖਿਆਨ ਲਾਇਓ ਕੀ ਹੈ ਤੇ ਹੁਣ ਅਸੀਂ ਉਹ ਲੋਕ ਕੇ ਜਿਹੜੇ ਅਸੀਂ ਪੰਜ ਪੀੜੀ ਪਿਸ਼ੋਰੀ ਆ ਸਾਨੂੰ ਤੁਸੀਂ ਦੂਰ ਨਾ ਰੱਖੋ ਇਦਾਰਿਆਂ ਸੇ ਦੂਰ ਨਾ ਰੱਖੋ ਦਫ਼ਤਰਾਂ ਸੇ ਦੂਰ ਨਾ ਰੱਖੋ ਸਾਨੂੰ ਉਹ ਨੁਮਾਇਦਗੀ ਦਿਓ ਆਪਣੇ ਦਫ਼ਤਰਾਂ ਦੇ ਵਿੱਚ ਉਹਨਾਂ ਦਫਤਰ ਪਿਸ਼ੋਰ ਦੇ ਦਫਤਰਾਂ ਦੇ ਵਿੱਚ ਉਹਨਾਂ ਏਡਾਰੀਆਂ ਦੇ ਵਿੱਚ ਉਹਨਾਂ ਤਲੀਵੀ ਏਡਾਰੀਆਂ ਦੇ ਵਿੱਚ ਉਹਨਾਂ ਦਫਤਰਾਂ ਸਰਕਾਰੀ ਦਫਤਰਾਂ ਦੇ ਵਿੱਚ ਉਹਨਾਂ ਗੈਰ ਸਰਕਾਰੀ ਦਫਤਰਾਂ ਦੇ ਵਿੱਚ ਸਾਨੂੰ ਉਹ ਨਮਹੰਗੀ ਮਿਲਣੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਪਤਾਵਾ ਇੱਕ ਦਫਾ ਮੈਨੂੰ ਮੌਕਾ ਮਿਲਿਆ ਪਿਸ਼ੋਰ ਦੇ ਵਿੱਚ ਮੈਂ ਕਿਉਂਕਿ ਫੈਡਰਲ ਗਵਰਨਮੈਂਟ ਦੇ ਐਮਪਲਾਈਆਂ ਮਲਾਜ਼ਮਾਂ ਤੇ ਕੁਛ ਅਸਾਂ ਪਹਿਲੇ ਦੀ ਗੱਲ ਹੈ ਕਿ ਮੈਂ ਡਿਪੂਟੇਸ਼ਨ ਤੇ ਪਿਸ਼ੋਰ ਆਇਆ ਤੇ ਮੈਨੂੰ ਮੌਕਾ ਮਿਲਿਆ ਇੱਕ ਬੜੀ ਵੱਡੀ ਪੋਜੀਸ਼ਨ ਤੇ ਸਰਵ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣਾ ਇਹ ਜਿਹੜਾ ਪੰਜ ਪੀੜੀ ਪਿਸ਼ੋਰੀ ਦਾ ਜਿਹੜਾ ਕਾਂਸੈਪਟ ਹੈ ਇਹਨੂੰ ਮੈਂ ਲੈ ਕੇ ਤੇ ਮੈਨੇ ਦੇਖਿਆ ਕਿ ਇਹ ਪੰਜ ਪੀੜੀ ਪਿਸ਼ੋਰੀ ਦਾ ਮੈਰਾ ਜ ਆਵੇ ਨਜ਼ਰੀ ਆਵੇ ਇਹ ਵਾਕਈ ਕੰਮ ਵੀ ਕਰ ਦਪੇਗੇ ਨਹੀਂ ਤੁਸੀਂ ਯਕੀਨ ਕਰੋ ਮਨੂੰ ਜ਼ਮਾਨੇ ਦੇ ਵਿੱਚ ਦਫ਼ਤਰਾ ਦਾ ਪ੍ਰੋਜੈਕਟ ਦਾ ਬੜਾ ਕਰੀਬ ਸੀ ਮੌਕਾ ਮਿਲਿਆ ਤੇ ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਰਨਾ ਕਿ ਮੈਨੇ ਦੇਖਿਆ ਕਿ ਦੂਸਰੀ ਤੀਸਰੀ ਪੋਜੀਸ਼ਨ ਤੇ ਪਿਸ਼ੋਰੀ ਮੌਜੂਦ ਆ ਤੇ ਉਹ ਦਫ਼ਤਰ ਦਾ ਨਿਜ਼ਾਮ ਉਥੇ ਬੜੀ ਕਾਮਯਾਬੀ ਨਾਲ ਪਹੁੰਚਦਾ ਹੈ ਤੇ ਬੜੀ ਖੂਬਸੂਤੀ ਨਾਲ ਬਚਾਂਦਾ ਤੇ ਇਹ ਕਿਉਂਕਿ ਜ਼ਰੂਰਤਾਂ ਮੈਂ ਦਫ਼ਤਰੀ ਜ਼ਰੂਰਤਾਂ ਮੈਂ ਕਿ ਕਿਉਂਕਿ ਪਿਸ਼ੋਰੀ ਇੱਕ ਐਸੀ ਲੋਕਾਂ ਸੇ ਤਾਲੁਕ ਰੱਖਦਾ ਕਿ ਜਿਨ੍ਹਾਂ ਦੀ نسل ਦਰ نسل ਤੇ ਪਿਸ਼ੋਰ ਜਾਣੇ ਵਾਲੇ ਲੋਕ ਤੇ ਜਿਹੜੇ ਪਿਸ਼ੋਰ ਜਾਣੇ ਵਾਲੇ ਲੋਕ ਉਹਨਾਂ ਮਤਲਬ ਇਹਨਾਂ ਦੇ ਜੀਨਸ ਚ ਜਿਹੜਾ ਨਾ ਉਹ ਸਿਵਲਾਈਜ਼ ਜੀਨਸ ਹੁੰਨ ਤੇ ਇਹਨਾਂ ਦਾ ਜ਼ਹਿਰ ਜਦੋਂ ਇੱਕ نسل ਦਰ نسل ਸਿਵਲਾਈਜ਼ ਜਨਰੇਸ਼ਨ ਟੂ ਜਨਰੇਸ਼ਨ ਚੱਲਦੇ ਉਨਾ ਦਾ ਉਹਨੇ ਅੰਦਰ ਜਿਹੜਾ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਉਹ ਬੜਾ ਹੀ ਸਿਵਲਾਈਜ਼ਡ ਹੁੰਦਾ ਹੈ ਤਰਕੀਆਫਤ ਹੁੰਦਾ ਤੇ ਇਹ وجہ ਹੈ ਕਿ ਦਫ਼ਤਰਾਂ ਦੇ ਵਿੱਚ ਅਗਰ ਤੁਹਾਨੂੰ ਪਹਿਲੀ ਪੋਜੀਸ਼ਨ ਤੇ باوجود ਬੰਦੇ ਪਿਸ਼ੋਰੀ ਨਹੀਂ ਮਿਲਦੇ ਲੇਕਿਨ ਦੂਸਰੀ ਤੀਸਰੀ ਚੌਥੀ ਪੋਜੀਸ਼ਨ ਤੇ ਬੰਦੇ ਲਾਜ਼ਮੀ ਮਿਲਦੇ ਨੇ ਕਿਉਂਕਿ ਦਫ਼ਤਰੀ ਨਿਜ਼ਾਮ ਨੂੰ ਤੇ ਈਦਾਰਿਆਂ ਦੇ ਨਿਜ਼ਾਮ ਨੂੰ ਤਾਂ ਕਾਮਯਾਬੀ ਨਾਲ ਚਲਾਣਾ ਵੀ ਤਾਂ ਹੁੰਦਾ ਨਾ ਤੇ ਮੈਂ ਇਚਾਸਾਂ ਕਿ ਪੰਜ ਪੀੜੀ ਪਿਸ਼ੋਰੀਆਂ ਨੂੰ ਇੱਜ਼ਤ ਦਿਓ ਤੇ ਉਹਨਾਂ ਦਾ ਵੀ ਉੱਤਨ ਹੀ ਖਿਆਲ ਰੱਖੋ ਜਿਹੜੇ ਬਾਕੀ ਲੋਕਾਂ ਦਾ ਇੱਥੇ ਖਿਆਲ ਰੱਖਿਆ ਜਾਂਦਾ ਹੈ ਮੈਂ ਆਖਰੀ ਤੇ ਤੁਹਾਡੇ ਸਿ ਇਹ ਜ਼ਰੂਰ ਇਸ ਦਾ ਗੁਜ਼ਾਰਿਸ਼ ਕਰਦਾ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਵੀ ਕਰੋ ਤੇ ਉਸ ਨੂੰ ਸਬਸਕ੍ਰਾਈਬ ਵੀ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਤਾਂ ਕਿ ਸਾਡਾ ਇਹ ਗੱਲਕਰ ਦਸਿਸਲਾ ਵੀ ਹੋਰ ਲੋਕਾਂ ਦੋਸਤਾਂ ਤੱਕ ਅਹਬਾਬ ਤੱਕ ਵੀ ਪਹੁੰਚ ਜਾਵੇ ਤੁਹਾਡਾ ਬਹੁਤ ਚੁਕਰੀ